इंडिया ਦੇ ਵਿੱਚ ਹੁਣ ਇੱਕ ਆਵਾਜ਼ ਉੱਠ ਰਹੀ ਹੈ ਜਿਹੜੀ ਹਿੰਦੂ ਰਾਸ਼ਟਰ ਦੀ ਜੇ ਅਸੀਂ ਕਿਸੇ ਵੀ ਤਰ੍ਹਾਂ ਜਿਹੜੀ ਕੁਦਰਤੀ ਭਿੰਨਤਾ ਨੂੰ ਖਤਮ ਕਰਕੇ ਇੱਕ ਸਾਰਤਾ ਲਿਆਉਣ ਦਾ ਯਤਨ ਕਰਾਂਗੇ ਤਾਂ ਇਹ ਕੁਦਰਤ ਨਾਲ ਟੱਕਰ ਲੈਣ ਵਾਲੀ ਗੱਲ ਹੋ ਜਾਂਦੀ ਹੈ ਭਾਰਤ ਨੂੰ ਅਸੀਂ ਜਿਹੜਾ ਜਦ ਕੁਦਰਤ ਨੇ ਜਿਸ ਨੂੰ ਇੱਕ ਭਿੰਨਤਾ ਵਾਲਾ ਖਿੱਤਾ ਬਣਾਇਆ ਤੇ ਅਸੀਂ ਉਹਨੂੰ ਇੱਕ ਸਾਰਤਾ ਬਣਾ ਵਾਲਾ ਬਣਾ ਇੱਕੋ ਜਿਹਾ ਬਣਾਉਣਾ ਚਾਹੁੰਦੇ ਹਾਂ ਭਾਰਤ ਵੀ ਕਿਹਾ ਗਿਆ ਤੇ ਬਹੁਤ ਤਾਂ ਤੇ ਹਿੰਦੁਸਤਾਨ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹਿੰਦੁਸਤਾਨ ਲਿਖਿਆ ਹੈ ਬਾਬਰ ਦਾ ਜਦੋਂ ਹਿੰਦੁਸਤਾਨ ਡਰਾਇਆ ਭਾਰਤ ਦੀ ਜਿਹੜੀ ਤਰੱਕੀ ਹੈ ਕਹਿੰਦੇ ਵੀ ਉਹਨੂੰ ਮੁੱਖ ਰੱਖ ਕੇ ਜਿਹੜਾ ਪੀਓਕੇ ਦਾ ਜਿਹੜਾ ਏਰੀਆ ਹੈ ਕਸ਼ਮੀਰ ਦਾ ਜਿਹੜਾ ਪਾਕਿਸਤਾਨ ਹੈ ਆਪਣੇ ਅਧੀਨ ਕੀਤਾ ਹੋਇਆ ਹੈ ਤਾਂ ਉਹ ਏਰੀਏ ਦੇ ਲੋਕ ਜਿਹੜੇ ਹੈਗੇ ਨੇ ਉਹ ਹੁਣ ਜਿਹੜੀ ਗੱਲ ਉੱਠ ਰਹੀ ਹੈ ਵੀ ਉਹ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਹੁਣ ਇਹ ਗੱਲ ਹੁਣ ਜਿਹੜੀ ਗੱਲ ਨਵੀਂ ਜਿਹੜੀ ਆ ਰਹੀ ਹੈ ਵੀ ਉਹ ਭਾਰਤ ਦੇ ਵਿੱਚ ਉਹ ਏਰੀਆ ਆਪਣੇ ਆਪ ਉੱਥੇ ਦੇ ਲੋਕ ਭਾਰਤ ਨਾਲ ਸ਼ਾਮਿਲ ਹੋਣਾ ਚਾਹੀਦਾ ਇਹਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਨੇ ਵੀ ਭਾਰਤ ਦਾ ਜਿਹੜਾ ਚੰਦਰਯਾਨ ਜਿਹੜਾ ਸਫਲ ਹੋਇਆ ਹੈ ਅਤੇ ਹੋਰ ਵੀ ਗੱਲਾਂ ਜਾਂ G20 ਦੀ ਵੀ ਗੱਲਾਂ ਕਰਦੇ ਨੇ ਸਾਰਾ ਕੁਛ ਇਹ ਚੀਜ਼ਾਂ ਜਿਹੜੀਆਂ ਪਰ ਵਿੱਚ ਜਿਹੜੇ ਲੋਕ ਹੈ ਵਿੱਚ ਐਸੇ ਵੀ ਮੈਸੇਜ ਕਰਨ ਵਾਲੇ ਵੀ ਹਾਂ ਉਹ ਏਰੀਆ ਤਾਂ ਸਾਨੂੰ ਚਾਹੀਦਾ ਹੈ ਪਰ ਮੁਸਲਮਾਨ ਹੀ ਸਾਨੂੰ ਚਾਹੀਦੇ ਇੰਡੀਆ ਦੇ ਵਿੱਚ ਹੁਣ ਇੱਕ ਆਵਾਜ਼ ਉੱਠ ਰਹੀ ਹੈ ਜਿਹੜੀ ਹਿੰਦੂ ਰਾਸ਼ਟਰ ਦੀ ਬੜੇ ਪੱਧਰ 'ਤੇ ਜਿੱਥੇ ਕਿ ਇੱਥੇ ਤਾਂ ਕਿਹਾ ਜਾਂਦਾ ਵੀ ਜਿਹੜੀ ਭਾਜਪਾ ਸਰਕਾਰ ਆ ਉਹਦਾ ਉਹ ਮੋਹਰਾ ਹੈ ਇਸ ਚੀਜ਼ ਨੂੰ ਉਹ 25 ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਹਿੰਦੂ ਰਾਸ਼ਟਰ ਜਿਹੜਾ ਹੈ ਐਲਾਨ ਕਰ ਦੇਗੀ ਅਤੇ ਮਤਲਬ ਇਹ ਜਿਹੜੀਆਂ ਗੱਲਾਂ ਉੱਠਦੀਆਂ ਤਾਂ ਉਹ ਫਿਰ ਨੈਟੋ ਵਰਗੇ ਜਾਂ ਹੋਰ ਦੇਸ਼ ਆ ਤਾਂ ਫਾਇਦਾ ਤਾਂ ਲੈਣਗੇ ਹਾਂ ਦੇਖੋ ਗੱਲ ਹੈ ਨਾ ਕਿ ਆਪਾਂ ਜਿਹੜੀ ਮੁੱਖ ਤੌਰ 'ਤੇ ਜਿਹੜੀ ਭਾਰਤ ਜਿਹੜੀ ਸਾਡੇ ਇੰਡੀਅਨ ਸਬ ਕੰਟੀਨੈਂਟ ਜਾਂ ਭਾਰਤ ਦੇ ਜਿਹੜੀ ਵਿਰੋਧਤਾ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਕੁਦਰਤੀ ਤੌਰ 'ਤੇ ਅਤੇ ਇਤਿਹਾਸਿਕ ਤੌਰ 'ਤੇ ਇਹ ਜਿਹੜਾ ਖਿੱਤਾ ਹੈਗਾ ਇਹ ਭਿੰਨਤਾ ਵਾਲਾ ਹੈ ਕਿ ਇਹ ਇੱਕ ਮਤਲਬ ਬਹੁ ਕੌਮੀ ਬਹੁ ਧਰਮੀ ਬਹੁ ਸੱਭਿਆਚਾਰਿਕ ਖਿੱਤਾ ਹੈਗਾ ਲੇਕਿਨ ਜੇ ਅਸੀਂ ਇਹਨੂੰ ਕਿਸੇ ਨਾ ਕਿਸੇ ਰੂਪ 'ਚ ਇੱਕੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਸਾਰਤਾ ਲਿਆਉਣ ਦੀ ਜਿਹਨੂੰ ਆਪਾਂ ਅੰਗਰੇਜ਼ੀ ਯੂਨੀਫਾਰਮ ਟਿਕਨ ਹੈ ਮਤਲਬ ਇੱਕ ਜਿਹੜਾ ਜਿਹੜੀ ਚੀਜ਼ ਕੁਦਰਤ ਨੇ ਜਿਹੜੀ ਡਾਈਵਰਸ ਬਣਾਈ ਹੈ ਕੁਦਰਤ ਨੇ ਭਿੰਨਤਾ ਵਾਲੀ ਬਣਾਈ ਹੈ ਉਹਨੂੰ ਅਸੀਂ ਮਤਲਬ ਇੱਕੋ ਜਿਹਾ ਬਣਾਵਾਂਗੇ ਇੱਕ ਸਾਰਤਾ ਲਿਆਉਣ ਦੇ ਯੂਨੀਫਾਰਮ 'ਤੇ ਲਿਆਉਣ ਦੇ ਕਿਸੇ ਚਾਹੇ ਕਿਸੇ ਮਤਲਬ ਕਿਸੇ ਵੀ ਨਾਰੇ ਦੇ ਥੱਲੇ ਜਾਂ ਕਿਸੇ ਵੀ ਮੁਹਿੰਮ ਦੇ ਥੱਲੇ ਜੇ ਅਸੀਂ ਕਿਸੇ ਵੀ ਤਰ੍ਹਾਂ ਜਿਹੜੀ ਕੁਦਰਤੀ ਭਿੰਨਤਾ ਨੂੰ ਖਤਮ ਕਰਕੇ ਇੱਕ ਸਾਰਤਾ ਲਿਆਉਣ ਦਾ ਯਤਨ ਕਰਾਂਗੇ ਤਾਂ ਇਹ ਕੁਦਰਤ ਨਾਲ ਟੱਕਰ ਲੈਣ ਵਾਲੀ ਗੱਲ ਹੋ ਜਾਂਦੀ ਹੈ ਤਾਂ ਇੱਕ ਚੀਜ਼ ਸਾਨੂੰ ਇਤਿਹਾਸ ਵਾਰ ਵਾਰ ਮਤਲਬ ਇਹ ਸਬਕ ਦਿੰਦਾ ਹੈ ਕਿ ਜਿਸ ਨੇ ਵੀ ਕੁਦਰਤ ਨਾਲ ਟੱਕਰ ਲਈ ਹੈ ਉਹ ਕਾਮਯਾਬ ਨਹੀਂ ਹੁੰਦਾ ਉਹਦਾ ਅਸਫਲ ਨਾਕਾਮ ਜਾਂ ਅਸਫਲ ਹੋਣਾ ਨਿਸ਼ਚਿਤ ਹੈ ਤੋ ਇਸ ਕਰਕੇ ਜੇ ਭਾਰਤ ਨੂੰ ਅਸੀਂ ਜਿਹੜਾ ਜਦ ਕੁਦਰਤ ਨੇ ਜਿਸ ਨੂੰ ਇੱਕ ਭਿੰਨਤਾ ਵਾਲਾ ਖਿੱਤਾ ਬਣਾਇਆ ਅਤੇ ਅਸੀਂ ਉਹਨੂੰ ਇੱਕ ਸਾਰਤਾ ਬਣਾ ਵਾਲਾ ਬਣਾ ਇੱਕੋ ਜਿਹਾ ਬਣਾਉਣਾ ਚਾਹੁੰਦੇ ਹਾਂ ਤੋ ਇਹ ਮਤਲਬ ਇੱਕ ਤਰ੍ਹਾਂ ਕੁਦਰਤ ਨਾਲ ਹੀ ਮਤਲਬ ਟੱਕਰ ਲੈਣ RSS ਦੇ ਮੁਖੀ ਮੋਹਨ ਭਾਗਵਤ ਨੇ ਇੱਕ ਬਿਆਨ ਦਿੱਤਾ ਸੀ ਵੀ ਇੰਡੀਆ ਨੂੰ ਇੰਡੀਆ ਨਾ ਕਹਿ ਕੇ ਤਾਂ ਅੰਗਰੇਜ਼ਾਂ ਦਾ ਨਾਮ ਦਿੱਤਾ ਇਹਨੂੰ ਭਾਰਤ ਕਹੋ ਹੁਣ ਵੀ ਜਦੋਂ G20 ਵੀ ਉਹਦੇ ਵਿੱਚ ਵੀ ਭਾਰਤ ਹੀ ਮਤਲਬ ਜ਼ਿਆਦਾ ਵਰਤਿਆ ਗਿਆ ਇਹ ਹੁਣ ਇੰਡੀਆ ਭਾਰਤ ਬਣਨ ਜਾ ਰਿਹਾ ਅਤੇ ਇਹ ਇੱਕ ਕਦਮ ਦੱਸ ਰਹੇ ਨੇ ਵੀ ਇਹ ਹਿੰਦੂ ਰਾਸ਼ਟਰ ਦਾ ਵੀ ਕਦਮ ਹੈ ਇੱਕ ਮੈਂ ਨਾਲ ਹੀ ਸਵਾਲ ਇਹ ਵੀ ਲੈ ਲੈਂਦਾ ਤੁਹਾਡੇ ਤੋਂ ਇਹਦੇ 'ਤੇ ਵੀ ਜਿਹੜਾ ਹੁਣ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬੁਲਾਇਆ ਜਾ ਰਿਹਾ ਵਿਸ਼ੇਸ਼ ਸੈਸ਼ਨ ਜਿਹੜਾ ਹੈਗਾ ਉਹਦੇ ਵਿੱਚ ਵੀ ਇੱਕ UCC ਦੀ ਗੱਲ ਕੀਤੀ ਜਾ ਰਹੀ ਆ ਯੂਨੀਫਾਰਮ ਸਿਵਲ ਕੋਡ ਹਾਂ ਵੀ ਇੱਕ ਜਿਹੜਾ ਦੂਸਰਾ ਹੈਗਾ ਵੀ ਭਾਰਤ ਇੰਡੀਆ ਨੂੰ ਭਾਰਤ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਦੇਸ਼ ਇੱਕ ਚੋਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਦੇ ਪਿੱਛੇ ਜਿਹੜਾ ਇੰਡੀਆ ਅਲਾਇੰਸ ਬਣਿਆ ਹੈ ਉਹਨੂੰ ਵੀ ਦੇਖਿਆ ਜਾ ਰਿਹਾ ਤਾਂ ਇਹ ਸਾਰੇ ਨੂੰ ਕਿਵੇਂ ਦੇ ਇਹ ਜਿਹੜਾ ਹੈਗਾ ਵੀ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਚਾਹੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੈ ਚਾਹੇ ਇੱਕ ਭਾਰਤ ਇੱਕ ਇਲੈਕਸ਼ਨ ਦੀ ਗੱਲ ਹੈ ਚਾਹੇ ਨਾਂ ਬਦਲਣ ਦੀ ਗੱਲ ਹੈ ਕਿਤੇ ਨਾ ਕਿਤੇ ਜਿਹੜੀ ਭਾਵਨਾ ਇਹ ਲੱਗ ਰਹੀ ਹੈ ਵੀ ਜਿਹੜੀ ਕੁਦਰਤ ਤੌਰ 'ਤੇ ਜਿਹੜੀ ਕੁਦਰਤੀ ਤੌਰ 'ਤੇ ਸਾਡੇ ਖਿੱਤੇ ਦੇ ਵਿੱਚ ਜਿਹੜੀ ਭਿੰਨਤਾ ਹੈਗੀ ਉਸ ਨੂੰ ਖਤਮ ਕਰਕੇ ਇੱਕ ਸਾਰਤਾ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਤੋ ਇਹ ਮਤਲਬ ਜਿਹੜੀਆਂ ਵੀ ਸ਼ਕਤੀਆਂ ਕਰ ਰਹੀਆਂ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਇਹ ਮਤਲਬ ਜਿਹੜਾ ਸਾਡੇ ਹਿੱਤ 'ਚ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਚੀਜ਼ ਕੁਦਰਤ ਨੇ ਬੰਦੇ ਦਾ ਜਿਹੜਾ ਆਦਮੀ ਹੈ ਇਨਸਾਨ ਜਿਹੜਾ ਉਹ ਕੁਦਰਤ ਦੇ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਇਹੀ ਤਾਂ ਅੱਜ ਦੇ ਪੱਛਮੀ ਸਰਮਾਏਦਾਰ ਜਾਂ ਸਾਮਰਾਜੀ ਦੇਸ਼ ਜਿਹੜਾ ਆਪਾਂ ਕਹਿੰਦੇ ਪੱਛਮ ਦਾ ਜਿਹੜਾ ਨਿਘਾਰ ਹੋ ਰਿਹਾ ਤਾਂ ਉਹਦਾ ਮੁੱਖ ਕਾਰਨ ਇਹ ਹੈ
कि वह भी जेडे कुदरत जी है उन्होंने भी यही काम किया कि वह अपन जदर किया अपना सिस्टम सारे से लागू करना चाहते वो सारे जे सारे वो सारे संसार को एको जहा बनाना चाहते वो सारे संसार की जी जी भिन्नता खत्म करके अप यूनिफॉर्मिटी अपनी सभ्यता अपना सभ्यता तो हूँ की है उन्होंने सभ्यता तो हूँ जी खपतकारी सभ्याचार आधारित हो गई तो अखौती सभ्यता कही जा सकती है पर चलो वो सारिया से लागू करना चाहते हैं तो उन्होंने मतलब लेकिन बन के रहा उल्ट हो रहा है कि मल्टीपोलर वर्ल्ड का संकल्प जरा वो अगे आ रहा है कि बहुत रूवी संसार हूँ भारत च भी यही होना है जो आप भारत को जी जी भिन्नता खत्म करके एको जहा बनाने के यतन करा तो ये गैर कुदरती गल है कुदरत ना टक्कर जे पछमी साम्राज्य देश जड़े ने उन्होंने जो किया तो अज उन्होंने ये हालत हो गई है कि मतलब उन्होंने सिस्टम खत्म होने कंडे खड़ा है कि असल दे विच जिहड़ा नवीं विश्व व्यवस्था बड़ी जल्दी दुनिया से आ जानी है कि जिहड़ी वैसटर्न डोमीनेटेड जिहड़ी आपां पिछलियां दो सदियां तो देख रहे हैं पछमी परिवलत पछमी चौधर वाली व्यवस्था वो खत्म होना उन्हें बड़ी जल्दी तो उसकी थां ते एक नवीं विश्व व्यवस्था उभर रही है तो वह मल्टीपोलर वर्ल्ड है जिन्हों आपां पंजाबी च बहुत रूवी संसार कहने तो यही चीज़ जो आप देखते हैं भारतीय उपमहाद्वीप इंडियन सब कॉन्टीनेंट भी किसी ना किसी रूप के जे असी भिन्नता खत्म करके एक सारता लियावा की फर्क पैंदा इंडिया इंडिया भारत ते मतलब हिंदुस्तान भी ये नावों च की फर्क पैंदा ना तो साढ़े ये ना भी जिहड़े ने भिन्नता वाले ने देखो भारत भी कहा गया कि बहुत थान तो हिंदुस्तान गुरबाणी के गुरु ग्रंथ साहब हिंदुस्तान लफ्ज आया बाबर ने जो हिंदुस्तान डराया कहा गया है जी बा मुगल जो भी वह कहते आके जो उन्हें हमला किया खुरासान खजवाना के हिंदुस्तान डराया पर हिंदुस्तान भी लफज वरत्या गया भारत लफज साढ़े वाली कितना कितने वरत्या जाता रहा इंडिया भी जोड़ा लफज है हूँ प्रचलित हो गया बड़ी थान पर मतलब हूँ लोग इंडिया मतलब से इंडियन कहने या इंडिया एक मतलब सारी दुनिया चाहे बाद च आया चलो किस तरह भी आया पर हूँ ये सारे एक्सैप्ट हो गए कि स्वीकार हूँ कि जो अस कहे सिर्फ हिंदुस्तान लफज नहीं कभी वरतना कभी इंडिया नहीं वरतना सिर्फ भारत ही वरतना नहीं भारत भी वरतो भारत भी वरत्या जाता रहा भारत भी वरतो लेकिन गल यह है जो आप भारत के मतलब इंडिया तो हिंदुस्तान ज होर भी कोई ना जो कोई दे रूप दे इस खिते याद किया जाता है तो भिन्नता की गल है डाइवर्सिटी की गल है ही डाइवर्स है तो ना भी डाइवर्स हो सकते ना जब है ही भिन्नता वाला खिता है तो ना भी भिन्न भिन्न हो सकते हैं बिल्कुल तो इस करके अखीर गल उ आती है कि तुसी चाहे यूनिफॉर्म सिविल कोड की गल कर लो चाहे मतलब ना की गल कर लो चाहे किसी तरह भी लेकिन जिहड़ी कुदरत ने जो बनाई है भिन्नता उसनों सानू स्वीकार करना ही पएगा जे असी उहदे नाल उहनू खत्म करन दा यतन करांगे तो असी कुदरत दे नाल टक्कर लावांगे और जिहड़ा इतिहासिक तजर्बा है मनुख दा लंबे समय दा वह सानू यही जिहड़ा हैगा दसदा है भी मनुख जिहड़ा है वह कुदरत नाल टक्कर लैण दे काबिल नहीं है मनुख कुदरत ते जित नहीं प्राप्त कर सकदा मनुख की कर सकदा कुदरत नाल हारमनी जिहड़ा उहदे नाल जिहड़ा सहहोंद जिहड़ी है उही मनुख की समर्था हैगी है जित प्राप्त करन दी समर्था नहीं है मनुख दे अंदर तो जिहड़ा भी करेगा चाहे जे साम्राज्य शक्तियां उत्थे करदियां तो उन्हां नूं मतलब हार दा मूँह देखना पएगा जे भारत दे विच असी एक गैर कुदरती चीज़ लियाण दा यतन करांगे तो अखीर दे विच असफलता दा ही सामना सानू करना पएगा तो इस करके जिहड़ा लेकिन एक चीज़ बड़ी है कि जिहड़ा कुदरत पक्षी मतलब जिहड़ा लोक पक्षी संकल्प जो गुरु ग्रंथ साहब दे फलसफे च है वह भिन्नता नूं बहुत ज़्यादा जिहड़ा हैगा एक कुदरती मतलब जिहड़ा वर्तारा कह के गुरु ग्रंथ साहब दे विच भिन्नता नूं बहुत सराहाया गया उसनों एक पॉजिटिवली हमेशा मतलब गुरबाणी दे विच भिन्नता नूं क्योंकि कुदरत नूं मतलब जिहड़ा कुदरत पक्षी फलसफा हैगा तो उहदे विच भिन्नता नूं बहुत सराहाया गया है गुरबाणी दे विच आपे एक रंग आपे बहुरंगी है जी तो
ਇਹ ਜਿੱਦਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਇਆ ਵੀ ਉਹਦੇ ਸਾਰਾ ਕਿ ਕਿਸ ਤਰ੍ਹਾਂ ਤੁਸੀਂ ਵੱਖਰੇ ਵੱਖ ਕੱਪੜੇ ਪਾਉਂਦੇ ਹੋ, ਵੱਖ 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 ਤਰ੍ਹਾਂ ਦੇ ਤੁਸੀਂ ਆਪਣੇ ਧਰਮ ਨੇ ਔਰ ਆਪਣਾ ਧਰਮ ਨੂੰ ਅਕੀਦਾ ਤੁਹਾਡਾ ਵੱਖਰਾ ਹੈਗਾ, ਇਬਾਦਤ ਤੁਹਾਡੀ ਵੱਖਰੀ ਹੈ, ਤਾਂ ਉਸ ਚੀਜ਼ ਨੂੰ ਗੁਰਬਾਣੀ ਨੇ ਹਾਂ ਪੱਖੇ ਲਿਆ, ਉਸਨੂੰ ਪੋਜ਼ੀਟਿਵਲੀ ਲਿਆ ਵੀ ਇਹ ਕਿ ਜਿਹੜਾ ਇਹ ਜਿਹੜੀ ਚੀਜ਼ ਹੈ ਉਸਨੂੰ ਮਤਲਬ ਜਿਹੜਾ ਹੈਗਾ। ਬਿਲਕੁਲ ਬਿਲਕੁਲ। ਅਤੇ ਇੱਕ ਮੈਂ ਸਵਾਲ ਲਾਸਟ 'ਚ ਇੱਕ ਸਵਾਲ, ਮਾਟੀ ਇੱਕ ਪਾਂਚ ਪਾਂਚ ਸਾਂਝੇ ਸਿਰਜਣ ਆ ਰਹੇ ਨੇ, ਨਾ ਕੋ ਪੋਚ ਮਾਟੀ ਭਾਂਡੇ ਨਾ ਕੋ ਪੋਚ ਘੁਮਾਰੇ, ਮਤਲਬ ਉਹ ਕਹਿੰਦੇ ਕਿ ਇੱਕੋ ਮਤਲਬ ਜਿਹੜੀ ਹੈ ਇਹ ਭਿੰਨਤਾ ਵਾਲੀ ਜਿਹੀ ਚੀਜ਼ ਹੈ ਪਰਮਾਤਮਾ ਨੇ ਮਤਲਬ ਖੁਦ ਬਣਾਈ ਹੈ। ਹਾਂਜੀ, ਬਣਾਉਣ ਵਾਲਾ ਇੱਕ ਹੈ ਅਤੇ ਲੇਕਿਨ ਉਹ ਕਹਿੰਦੇ ਇਹ 'ਚ ਕੋਈ ਕਮੀ ਨਹੀਂ ਹੈਗੀ। ਦੇਖੋ ਉਹਨਾਂ ਨੇ ਕਿਹਾ ਕਿ ਦੇਖੋ ਉਹ ਇਹੀ ਗੁਰਬਾਣੀ ਦਾ ਕਿ ਨਿਰਗੁਣ ਅਤੇ ਸਰਗੁਣ ਦਾ ਜਿਹੜਾ ਸੰਕਲਪ ਹੈ ਕਿ ਨਿਰਗੁਣ ਜਿਹੜਾ ਹੈਗਾ ਉਹ ਪਰਮਾਤਮਾ ਜਿਹੜਾ ਹੈਗਾ ਜਾਂ ਅਕਾਲ ਪੁਰਖ ਹੈ ਜਾਂ ਜਿਸਨੇ ਸ੍ਰਿਸ਼ਟੀ ਬਣਾਈ ਹੈ ਜਾਂ ਕੁਦਰਤ ਜਿਹੜੀ ਆ ਕਾਦਰ ਹੈ, ਹੈਂ ਉਹ ਤਾਂ ਇੱਕ ਹੈ, ਲੇਕਿਨ ਜਦੋਂ ਕੁਦਰਤ ਦੇ ਵਿੱਚ ਆ ਜਾਂਦਾ ਹੈਗਾ ਅਤੇ ਉਹ ਸਰਗੁਣ ਰੂਪ ਹੈ ਅਤੇ ਫਿਰ ਉਹ ਭਿੰਨਤਾ ਵਾਲਾ ਹੈ। ਇਸ ਕਰਕੇ ਉਹਦੇ ਵਿੱਚ ਵਿਰੋਧਾਭਾਸ ਨਹੀਂ ਹੈਗਾ ਵੀ ਇੱਕ ਨੇ ਬਣਾਈ ਹੈ ਲੇਕਿਨ ਬਣਾਈ ਭਿੰਨਤਾ ਵਾਲੀ ਚੀਜ਼ ਹੈ, ਬਣਾਉਣ ਵਾਲਾ ਇੱਕ ਹੈ ਲੇਕਿਨ ਉਹਨੇ ਬਣਾਈ ਜਿਹੜੀ ਆ ਉਹ ਭਿੰਨਤਾ ਵਾਲੀ ਚੀਜ਼ ਬਣਾਈ ਹੈ। ਤਾਂ ਹੁਣ ਉੱਥੇ ਤੁਸੀਂ ਕੁਦਰਤ ਜਿਹੜੀ ਉਹ ਭਿੰਨ ਹੈ, ਕਾਦਰ ਇੱਕ ਹੈ, ਤਾਂ ਮਤਲਬ ਲੇਕਿਨ ਕੁਦਰਤ ਦੇ ਵਿੱਚੋਂ ਹੀ ਕਾਦਰ ਦਾ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਤੁਸੀਂ ਅਲੈਦਾ ਨਹੀਂ ਕਰ ਸਕਦੇ। ਕੁਦਰਤ ਦੇ ਵਿੱਚੋਂ ਹੀ ਕਾਦਰ ਦੇ ਦਰਸ਼ਨ ਜਾਂ ਕਾਦਰ ਨੂੰ ਵੀ ਕੁਦਰਤ ਦੇ ਵਿੱਚੋਂ ਹੀ ਦੇਖਿਆ ਜਾਂਦਾ। ਤਾਂ ਇਸ ਕਰਕੇ ਗੁਰਬਾਣੀ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਮੁਤਾਬਕ ਭਿੰਨਤਾ ਜਿਹੜੀ ਕੁਦਰਤੀ ਹੈ ਔਰ ਭਿੰਨਤਾ ਨੂੰ ਸਰਾਹਿਆ ਗਿਆ ਔਰ ਭਿੰਨਤਾ ਨੂੰ ਸਵੀਕਾਰਿਆ ਗਿਆ ਔਰ ਉਸਨੂੰ ਪ੍ਰੋਤਸਾਹਿਤ ਕੀਤਾ ਗਿਆ, ਪ੍ਰਮੋਟ ਕੀਤਾ ਗਿਆ। ਤਾਂ ਅਸੀਂ ਮਤਲਬ ਜਿਹੜਾ ਹੈਗਾ ਇਹੋ ਜਿਹੇ ਯਤਨ ਜਿਹੜੇ ਜੇ ਅਸੀਂ ਗੁਰਬਾਣੀ ਦੇ ਮਤਲਬ ਫਲਸਫੇ ਅਨੁਸਾਰ ਚੱਲੀਏ ਤਾਂ ਅਸੀਂ ਮਤਲਬ ਚਾਹੇ ਵਿਸ਼ਵ ਪੱਧਰ 'ਤੇ ਹੈ ਤਾਂ ਅਸੀਂ ਇੱਕੋ ਜਿਹਾ ਸੰਸਾਰ ਨਹੀਂ ਕਹਾਂ, ਅਸੀਂ ਕਹਾਂਗੇ ਕਿ ਸਾਰੀਆਂ ਸੱਭਿਅਤਾਵਾਂ ਨੂੰ, ਸਾਰੇ ਦੇਸ਼ਾਂ ਨੂੰ, ਸਾਰੇ ਕੌਮਾਂ ਨੂੰ, ਸਾਰੇ ਧਰਮਾਂ ਨੂੰ ਆਪਣਾ ਆਪਣਾ ਜਿਹੜਾ ਸੱਭਿਆਚਾਰ ਜਾਂ ਆਪਣਾ ਜੀਵਨ ਢੰਗ ਜਿਹੜਾ ਹੈ ਉਹ ਪ੍ਰਫੁੱਲਿਤ ਕਰਨ ਦੇ ਅਵਸਰ ਬਰਾਬਰ ਦੇ ਮਿਲਣੇ ਚਾਹੀਦੇ। ਇੱਕ ਮਤਲਬ ਸਿੱਖ ਹੋਣ ਦੇ ਨਾਤੇ ਜੇ ਅਸੀਂ ਗੁਰਬਾਣੀ ਤੋਂ ਸੇਧ ਲਈਏ ਤਾਂ ਇਹ ਸਾਨੂੰ ਵਿਸ਼ਵ ਪੱਧਰ 'ਤੇ ਵੀ ਇਹ ਗੱਲ ਮੰਨਣੀ ਪਏਗੀ ਕਿ ਬਹੁਤ ਰੂਹੀ ਸੰਸਾਰ ਜਿਹੜਾ ਹੈਗਾ ਉਹ ਮਤਲਬ ਗੁਰਬਾਣੀ ਦੇ ਅਨੁਕੂਲ ਹੈ, ਗੁਰਬਾਣੀ ਦੇ ਫਲਸਫੇ ਅਨੁਸਾਰ ਧੱਕਾ ਕੋਈ ਨਹੀਂ। ਹਾਂਜੀ, ਅਤੇ ਜਦੋਂ ਅਸੀਂ ਉਹੀ ਚੀਜ਼ ਜਦੋਂ ਭਾਰਤ 'ਤੇ ਵੀ ਲਾਗੂ ਕਰਾਂਗੇ ਉਹੀ ਚੀਜ਼ ਅਸੀਂ ਇੱਥੇ ਵੀ ਕਹਾਂਗੇ ਕਿ ਭਾਰਤੀ ਜਿਹੜੀ ਇਸ ਖਿੱਤੇ ਦੀ ਕੁਦਰਤੀ ਵਿਭਿੰਨਤਾ ਹੈ, ਜਿਹੜੀ ਨੈਚੁਰਲ ਡਾਇਵਰਸਿਟੀ ਹੈ ਭਾਰਤ ਦੀ, ਉਸ ਨੂੰ ਸੰਭਾਲਣ ਦੀ ਔਰ ਉਸ ਨੂੰ ਪ੍ਰੋਤਸਾਹਿਤ ਕਰਨ ਦੀ ਮਤਲਬ ਜਿਹੜੀ ਲੋੜ ਹੈ, ਨਾ ਕਿ ਖਤਮ ਕਰਨਾ ਚਾਹੀਦਾ। ਬਿਲਕੁਲ। ਭਾਰਤ ਦੀ ਜਿਹੜੀ ਤਰੱਕੀ ਹੈ, ਹਾਂਜੀ, ਕਹਿੰਦੇ ਆ ਵੀ ਉਹਨੂੰ ਮੁੱਖ ਰੱਖ ਕੇ ਜਿਹੜਾ POK ਦਾ ਜਿਹੜਾ ਏਰੀਆ ਹੈ, ਕਸ਼ਮੀਰ ਦਾ ਜਿਹੜਾ ਪਾਕਿਸਤਾਨ ਹੈ ਆਪਣੇ ਅਧੀਨ ਕੀਤਾ ਹੋਇਆ ਹੈ, ਤਾਂ ਉਹ ਏਰੀਏ ਦੇ ਲੋਕ ਜਿਹੜੇ ਹੈਗੇ ਨੇ ਉਹ ਹੁਣ ਜਿਹੜੀ ਗੱਲ ਉੱਠ ਰਹੀ ਹੈ ਵੀ ਉਹ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੇ ਵੱਲੋਂ ਹੁਣ ਇਹ ਗੱਲ ਹੁਣ ਜਿਹੜੀ ਗੱਲ ਨਵੀਂ ਜਿਹੜੀ ਆ ਰਹੀ ਹੈ ਵੀ ਉਹ ਭਾਰਤ ਦੇ ਵਿੱਚ ਉਹ ਏਰੀਆ ਆਪਣੇ ਆਪ ਉੱਥੇ ਦੇ ਲੋਕ ਭਾਰਤ ਦੇ ਨਾਲ ਸ਼ਾਮਿਲ ਹੋਣਾ ਚਾਹੀਦਾ। ਉਹਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਨੇ ਵੀ ਭਾਰਤ ਦਾ ਜਿਹੜਾ ਚੰਦਰਯਾਨ ਜਿਹੜਾ ਸਫਲ ਹੋਇਆ ਹੈ ਅਤੇ ਹੋਰ ਵੀ ਗੱਲਾਂ ਜਾਂ G20 ਦੀ ਵੀ ਗੱਲਾਂ ਕਰਦੇ ਨੇ, ਸਾਰਾ ਕੁਛ ਇਹ ਚੀਜ਼ ਹੈ ਜਿਹੜੀ ਹੈ, ਪਰ ਵਿੱਚ ਜਿਹੜੇ ਲੋਕ ਹੈ ਵਿੱਚ ਐਸੇ ਵੀ ਮੈਸੇਜ ਕਰਨ ਵਾਲੇ ਵੀ ਹਾਂ ਉਹ ਏਰੀਆ ਤਾਂ ਸਾਨੂੰ ਚਾਹੀਦਾ ਹੈ ਪਰ ਮੁਸਲਮਾਨ ਨਹੀਂ ਸਾਨੂੰ ਚਾਹੀਦੇ। ਅਤੇ ਮਤਲਬ ਇਹ ਜਿਹੜੀ ਗੱਲ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਨਹੀਂ ਸਾਨੂੰ ਚਾਹੀਦੇ, ਇਹ ਧਾਰਮਿਕ ਭਿੰਨਤਾ ਦੀ ਗੱਲ ਹੈ ਕਿਉਂ? ਗੁਰਬਾਣੀ ਦੇ ਵਿੱਚ ਤਾਂ ਮੁਸਲਮਾਨਾਂ ਨੂੰ ਕੋਈ ਮਾੜਾ ਨਹੀਂ ਕਿਹਾ ਗਿਆ, ਬਹੁਤ ਅੱਛਾ ਕਿਹਾ ਗਿਆ। ਤੁਸੀਂ ਦੇਖ ਲਓ ਗੁਰਬਾਣੀ ਦੇ ਵਿੱਚ, ਮੈਂ ਪਹਿਲਾਂ ਵੀ ਆਪਣੀ ਗੱਲ ਹੋਈ ਤਾਂ ਮੈਂ ਗੁਰਬਾਣੀ 'ਚ ਤੁਹਾਨੂੰ ਇੱਕੋ ਹੀ ਉਹ ਕਿਹਾ ਸੀ, ਮੁਸਲਮਾਨ ਕਹਾਵਣ ਮੁਸ਼ਕਿਲ ਜੇ ਹੋਏ ਤਾਂ ਮੁਸਲਮਾਨ ਕਹਾਵੇ। ਤਾਂ ਸਪਸ਼ਟ ਹੈ ਵੀ ਗੁਰਬਾਣੀ ਤਾਂ ਮੁਸਲਮਾਨ ਨੂੰ ਮਾੜਾ ਨਹੀਂ, ਬਲਕਿ ਇਹ ਕਿਹਾ ਗਿਆ ਵੀ ਮੁਸਲਮਾਨ ਬਣਨਾ ਤਾਂ ਬੜਾ ਮੁਸ਼ਕਿਲ ਹੈ, ਜੇ ਬਣ ਸਕੇ ਤਾਂ ਬੜੀ ਵੱਡੀ ਗੱਲ। ਤੂੰ ਮਤਲਬ ਇਹ ਕਿਉਂ ਅਸੀਂ ਕਹੀਏ ਕਿ ਮੁਸਲਮਾਨ ਮਾੜੇ ਹੈ? ਕਿਉਂ? ਕੋਈ ਵੀ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ। ਦੇਖੋ ਸਾਰੇ ਧਰਮ, ਬਿਲਕੁਲ ਬਿਲਕੁਲ, ਦੇਖੋ ਕਿੰਨਾ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਜਿਹੜਾ ਇੰਡੀਆ ਦੇ ਵਿੱਚ ਵੱਸਦਾ ਹੈ, ਅਤੇ ਜੇ ਉਹ ਆਪ ਆਉਣਾ ਚਾਹੁੰਦੇ ਨੇ, ਮਤਲਬ ਇਹ ਐਮ ਕਿਸੇ ਨੇ ਅਧਿਕਾਰਿਤ ਤੌਰ 'ਤੇ ਨਹੀਂ ਕਿਹਾ, ਪਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਹ ਗੱਲ ਕਰੀ ਦੀ, ਜਦ ਆਪਾਂ ਮੈਸੇਜ ਵੀ ਪੜ੍ਹਦੇ ਹਾਂ ਨਾ ਥੱਲੇ ਜੀ, ਉਹ ਵੀਡੀਓ ਚੱਲ ਰਹੀ ਸੀ ਲਾਈਵ ਕੱਲ੍ਹ, ਅਤੇ ਉਹਦੇ ਥੱਲੇ ਮੈਸੇਜ ਇਹ ਸੀ, ਕਹਿੰਦੇ ਬਿਲਕੁਲ ਦੇਖੋ ਪ੍ਰੇਜ਼ ਹੋ ਰਹੀ ਸੀ ਇੰਡੀਆ ਦੀ, ਬਿਲਕੁਲ ਵੀ ਤਾਂ ਕਰਕੇ ਉਹ ਆਉਣਾ ਚਾਹੁੰਦੇ ਨੇ, ਤਰੱਕੀ ਕਰ ਰਹੇ ਇੰਡੀਆ ਨੇ, ਅਤੇ ਪਰ ਵਿੱਚ ਜਿਹੜੇ ਇਹੋ ਜਿਹੇ ਮੈਸੇਜ ਕਹਿੰਦੇ ਬਿਲਕੁਲ ਆਉਣਾ ਚਾਹੀਦਾ ਪਰ ਉਹ ਲੋਕ ਨਹੀਂ ਆਉਣੇ ਚਾਹੀਦੇ ਫਲਾਣੇ, ਇੱਕ ਉਹੀ ਆ ਗਏ ਨਾ ਵੀ ਉਹ ਜਿਹੜੀ ਵਿਭਿੰਨਤਾ ਸੰਕੀਰਣ ਨਾਲੇ ਤਾਂ ਸੰਕੀਰਣਤਾ ਦੇ ਗੱਲ ਹੈ, ਅਤੇ ਇੱਕ ਮਤਲਬ ਅਤੇ ਇੱਕ ਜਿਹੜੀ ਹੈ ਕਿ ਭਿੰਨਤਾ ਨੂੰ ਨਕਾਰਿਆ ਜਾ ਰਿਹਾ ਕਿ ਧਾਰਮਿਕ ਡਾਇਵਰਸਿਟੀ ਰਿਲੀਜੀਅਸ ਡਾਇਵਰਸਿਟੀ
ਡਾਇਵਰਸਿਟੀ ਹੈ, ਇੱਕ ਸੱਚਾਈ ਹੈ ਭਾਰਤ ਦੀ ਕਿ ਭਾਰਤ ਇਹਨੂੰ ਅਸੀਂ ਕਿੱਦਾਂ ਖਤਮ ਕਰ ਸਕਦੇ ਹਾਂ ਕਿ ਭਾਰਤ ਜਿਹੜਾ ਹੈਗਾ ਚਾਹੇ ਕੌਮੀ ਚਾਹੇ ਸੱਭਿਆਚਾਰਕ ਚਾਹੇ ਧਾਰਮਿਕ ਸਾਰੇ ਪੱਖਾਂ ਤੋਂ ਇੱਕ ਭਿੰਨਤਾ ਵਾਲਾ ਦੇਸ਼ ਹੈ। ਇੱਥੇ ਵੱਖ ਵੱਖ ਸੱਭਿਆਚਾਰ ਨੇ, ਵੱਖ ਵੱਖ ਧਰਮ ਨੇ, ਤੋ ਇਹ ਜਿਹੜੀ ਹੈਗੀ ਹੈ ਵੱਖ ਵੱਖ ਕੌਮਾਂ ਵੱਖ ਵੱਖ ਨਸਲਾਂ ਵੱਖ ਵੱਖ ਰੰਗਾਂ ਦੇ ਲੋਕ ਵੱਸ ਰਹੇ ਨੇ, ਹੈਂਜੀ। ਤੋ ਇੱਕ ਕੁਦਰਤੀ ਹੈ ਕਿ ਭਾਰਤ ਜਿਹੜਾ ਇੱਕ ਡਾਈਵਰਸ, ਹੁਣ ਅਸੀਂ ਕਹੀਏ ਕਿ ਅਸੀਂ ਆਹ ਨਹੀਂ ਸਾਨੂੰ ਚਾਹੀਦੇ ਆਹ ਚਾਹੀਦੇ, ਇਹ ਤਾਂ ਫਿਰ ਜਿਹੜੀ ਜੋ ਕੁਦਰਤ ਨੇ ਜੋ ਬਣਾਈ ਉਹਦੇ ਵਿਰੁੱਧ ਜਾਣ ਵਾਲੀ ਗੱਲ ਹੈ। ਧਾਰਮਿਕ ਜਿਹੜੀ ਭਿੰਨਤਾ ਵੀ ਕੁਦਰਤੀ ਤੌਰ 'ਤੇ ਵਿਕਸਿਤ ਹੋਈ ਹੈ, ਨਸਲੀ ਵੀ ਜੇ ਉਹ ਤਾਂ ਹਰ ਤਰ੍ਹਾਂ ਦੀ ਜਿਹੜੀ ਭਿੰਨਤਾ ਹੈਗੀ ਜੇ ਅਸੀਂ ਦੇਖੀਏ ਤਾਂ ਉਹ ਮਤਲਬ ਕੁਦਰਤੀ ਤੌਰ 'ਤੇ ਵਿਕਸਿਤ ਹੋਈ ਹੈ, ਸੱਭਿਆਚਾਰ ਵੀ ਕੁਦਰਤੀ ਤੌਰ 'ਤੇ ਵਿਕਸਿਤ ਹੋਏ ਨੇ। ਤੋ ਕਿਸੇ ਸੱਭਿਆਚਾਰ ਨੂੰ ਕਹੇ ਇਹ ਸੱਭਿਆਚਾਰ ਸਾਨੂੰ ਮਨਜ਼ੂਰ ਹੈ ਨਹੀਂ ਮਨਜ਼ੂਰ, ਇਹ ਵੀ ਗਲਤ ਗੱਲ ਹੈ। ਕਿਉਂ? ਇਹਦਾ ਮਤਲਬ ਇੱਕ ਤਰ੍ਹਾਂ ਦਾ ਸੱਭਿਆਚਾਰ ਅਸੀਂ ਸਿਰਫ ਪ੍ਰਮੋਟ ਕਰੀਏ, ਬਾਕੀਆਂ ਨੂੰ ਅਸੀਂ ਅਪੋਜ਼ ਕਰੀਏ, ਬਾਕੀਆਂ ਦੀ ਵਿਰੋਧ ਕਰੀਏ, ਤਾਂ ਉਹ ਵੀ ਜਿਹੜੀ ਗੱਲ ਕੁਦਰਤ ਦੇ ਗਲਤ ਵਿਰੁੱਧ ਜਾਂਦੀ ਹੈ। ਤੋ ਮੈਂ ਤਾਂ ਕਹਾਂਗਾ ਕਿ ਜਿਹੜੀ ਸਾਡੇ ਲਈ ਜਿਹੜਾ ਭਾਵੇਂ ਸੰਸਾਰ ਦੀ ਗੱਲ ਹੈ, ਹਾਂਜੀ, ਭਾਵੇਂ ਗੱਲ ਜਿਹੜੀ ਹੈਗੀ ਹੈ ਭਾਰਤੀ ਉਪ ਮਹਾਂਦੀਪ ਦੀ, ਇੰਡੀਅਨ ਸਬ ਕੋਂਟੀਨੈਂਟ ਦੀ ਹੈ, ਕਿ ਜੋ ਚੀਜ਼ ਕੁਦਰਤੀ ਹੈ ਅਤੇ ਅਸੀਂ ਉਹ ਸਿਧਾਂਤ 'ਤੇ ਰਹੀਏ ਕਿ ਅਸਲ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਹੈ ਉਹ ਕੁਦਰਤ ਪੱਖੀ ਹੈ। ਔਰ ਇੱਕ ਚੀਜ਼ ਹੁੰਦੀ ਹੈ, ਜਿਹੜੀ ਚੀਜ਼ ਕੁਦਰਤ ਪੱਖੀ ਹੁੰਦੀ ਹੈ ਉਹ ਲੋਕ ਪੱਖੀ ਵੀ ਹੁੰਦੀ ਹੈ, ਇਹ ਇਕੱਠੀਆਂ ਚੱਲਦੀਆਂ। ਜਦੋਂ ਅਸੀਂ ਕੁਦਰਤ ਦੀ ਵਿਰੋਧਤਾ ਕਰਾਂਗੇ ਤਾਂ ਫਿਰ ਇਹ ਨਹੀਂ ਹੈਗਾ ਜੀ ਕੁਦਰਤ ਦਾ ਵਿਰੋਧ ਆ ਪਰ ਲੋਕਾਂ ਦੇ ਹੱਕ 'ਚ ਆ, ਨਹੀਂ। ਜੇ ਤੁਸੀਂ ਕੁਦਰਤ ਦੇ ਵਿਰੋਧ ਫਿਰ ਲੋਕਾਂ ਦੇ ਵੀ ਵਿਰੋਧੀ ਹੋਏਗਾ ਤੁਹਾਡਾ ਫਲਸਫਾ ਜਿਹੜਾ। ਤੋ ਸਾਡਾ ਜਿਹੜਾ ਨਾ ਜਿਹੜਾ ਫਲਸਫਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਉਹ ਕੁਦਰਤ ਪੱਖੀ ਹੈ, ਲੋਕ ਪੱਖੀ ਹੈ। ਤੋ ਇਸ ਕਰਕੇ ਅਸੀਂ ਜਿਹੜਾ ਜਿਹੜੀ ਕੁਦਰਤ ਦੀ ਬਣਾਈ ਹੋਈ ਭਿੰਨਤਾ ਹੈ ਉਸ ਨੂੰ ਅਸੀਂ ਹਾਂ ਪੱਖੀ ਉਹਨੂੰ ਪੋਜ਼ਿਟਿਵਲੀ ਮਤਲਬ ਗੁਰਬਾਣੀ ਨੇ ਲਿਆ। ਐਡਾ ਬੜਾ ਫਲਸਫਾ ਸਾਡੇ ਕੋਲ ਹੈਗਾ, ਸਾਡੇ ਕੋਲ ਹੈਗਾ, ਇੰਡੀਆ ਦੇ ਵਿੱਚ ਹੈ। ਹਾਂ ਤੋ ਇੰਡੀਆ ਨੂੰ ਚਾਹੀਦਾ ਹੈ। ਗੱਲ ਕਰ ਲਿਆ ਵੀ ਅਮਰੀਕਾ ਜਿਹੜਾ ਇੱਥੇ ਹਜ਼ਾਰਾਂ ਮੀਲ ਦੂਰ ਹੈ, ਉੱਥੇ ਦੀ ਇੱਕ ਟੀਮ ਹੈ ਜੀ ਕਾਓਬੋਇਸ, ਫੁੱਟਬਾਲ ਦੀ ਟੀਮ ਹੈ, ਤੁਸੀਂ ਸੁਣਿਆ ਹੋਣਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਇੱਕ ਤਸਵੀਰ ਜਿਹੜੀ ਹੈ, ਚਾਹੇ ਉਹ ਤਸਵੀਰ ਰਿਪ੍ਰੈਜੈਂਟ ਤਾਂ ਹਰੀ ਸਿੰਘ ਨਲੂਆ ਜੀ ਨੂੰ ਕਰਦੀ ਹੈ, ਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੀ ਮੀਰੀ ਪੀਰੀ ਦਾ ਜਿਹੜਾ ਸੰਕਲਪ ਦਿੱਤਾ ਹੈ, ਸੰਤ ਦੇ ਸਿਪਾਹੀ ਦੀ ਜਿਹੜੀ ਫਿਲਾਸਫੀ ਸਿੱਖਣਾ, ਤੇ ਉਹਨੂੰ ਅਸੀਂ ਉਹਨੂੰ ਆਪਣਾ ਮੁੱਖ ਰੂਪ ਦੇ ਵਿੱਚ ਬਣਾ ਕੇ ਅਸੀਂ ਇਹ ਤਸਵੀਰ ਜਿਹੜੀ ਹੈ ਲਾਈ ਹੈ। ਸੋ ਮਤਲਬ ਉਹ ਫਲਸਫਾ ਜਿਹੜਾ ਹੈਗਾ ਸਿੱਖਾਂ ਦਾ ਜਾਂ ਸਿੱਖੀ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ, ਉਹ ਇੰਨੀ ਦੂਰ ਜਾ ਕੇ ਉਹ ਫੁੱਟਬਾਲ ਦੀ ਟੀਮ ਜਿਹਨੂੰ ਪਤਾ ਹੀ ਨਹੀਂ ਨਾ ਇੰਗਲਿਸ਼ ਪੰਜਾਬੀ ਆਵੇ ਨਾ ਕੁਛ ਨਾ, ਹੈ ਨਾ, ਤਾਂ ਉਹ ਪ੍ਰਭਾਵਿਤ ਹੋ ਰਹੀ ਹੈ। ਪਰ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਬਹੁਤ ਭਿੰਨਤਾਵਾਂ, ਕਿੰਨੇ ਇੱਥੇ ਧਰਮ ਨੇ, ਕਿੰਨੇ ਤਰ੍ਹਾਂ ਦੀਆਂ ਭਾਸ਼ਾਵਾਂ ਹੈ, ਅਤੇ ਉਹਨੂੰ ਆਪਾਂ ਇੱਕ ਕਰਨ ਦੇ ਤੁਰੇ ਹੋਏ ਹਾਂ ਤਾਂ ਇੱਕ ਪਾਸੇ ਨੂੰ ਜਾ ਰਹੇ ਹਾਂ, ਤਾਂ ਮਤਲਬ ਇਹ ਫਿਲਾਸਫੀ ਤਾਂ ਕਿਉਂ ਨਹੀਂ ਇੱਥੇ ਸਿੱਖ ਰਹੇ ਅਸੀਂ? ਦੇਖੋ ਜਿਹੜੀ ਇਹ ਗੱਲ ਆਪਾਂ ਅੰਤ ਕੰਕਲੂਜਨ 'ਤੇ ਇੱਥੇ ਹੀ ਪਹੁੰਚਦੇ ਹਾਂ ਜੀ, ਕਿ ਜਿਹੜੀ ਮੇਰਾ ਇਹ ਮੰਨਣਾ ਹੈਗਾ ਕਿ ਭਾਰਤੀ ਚਿੰਤਨ ਜਾਂ ਭਾਰਤੀ ਅਧਿਆਤਮਿਕਤਾ, ਭਾਰਤੀ ਰੂਹਾਨੀਅਤ ਦੀ ਜਿਹੜੀ ਸਿਖਰ ਹੈਗੀ ਆ ਉਹ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਤੋ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੀ ਚੀਜ਼, ਜਿਵੇਂ ਅਸੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਿਹੜਾ ਹੈ ਉਹ ਕੁਦਰਤ ਪੱਖੀ ਅਤੇ ਲੋਕ ਪੱਖੀ ਹੈ, ਔਰ ਇਹ ਮਤਲਬ ਭਾਰਤੀ ਰੂਹਾਨੀਅਤ ਔਰ ਜਿਹੜੀ ਭਾਰਤੀ ਚਿੰਤਨ ਦੀ ਸਿਖਰ ਹੈ। ਤੋ ਜਿਹੜੀ ਸੇਧ ਸਾਨੂੰ ਉੱਥੋਂ ਮਿਲੇਗੀ ਉਹ ਇੱਥੇ ਵਾਸਤੇ ਸਭ ਤੋਂ, ਨਾ ਸਿਰਫ ਕਿਉਂਕਿ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਿਹੜਾ ਹੈਗਾ ਉਹ ਸਿਰਫ ਭਾਰਤੀ ਉਪ ਮਹਾਂਦੀਪ ਤੱਕ ਸੀਮਿਤ ਨਹੀਂ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉੱਥੇ ਹਜ਼ਾਰਾਂ ਮੀਲ ਬੈਠੇ ਹੁਣ, ਕਿਉਂਕਿ ਜਿਹੜੇ ਸੰਕਲਪ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਿਹੜਾ ਹੈਗਾ ਉਹ ਸਾਰੇ ਮਾਨਵਤਾ ਦੇ ਕਲਿਆਣ ਲਈ ਹੈ, ਹੈ ਯੂਨੀਵਰਸੈਲਿਟੀ ਹੈ ਉਹਦੇ 'ਚ, ਸਰਵ ਵਿਆਪਕਤਾ ਹੈਗੀ। ਤੋ ਇਸ ਕਰਕੇ ਸਾਨੂੰ ਕੀ ਸਟੈਂਡ ਲੈਣਾ ਚਾਹੀਦਾ ਉਹਦੀ ਜਿਹੜੀ ਸੇਧ ਹੈ ਉਹ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲਦੀ ਹੈ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਨੇ ਕਿ ਜਿਹੜੀ ਭਿੰਨਤਾ ਹੈਗੀ ਹੈ ਇਹ ਪੋਜ਼ਿਟਿਵ ਚੀਜ਼ ਹੈ, ਕੁਦਰਤ ਨੇ ਬਣਾਈ ਹੈ ਭਿੰਨਤਾ, ਡਾਈਵਰਸਿਟੀ ਹੈ, ਇਹਨੂੰ ਖਤਮ ਕਰਨ ਦੀ ਬਜਾਏ ਇਸ ਨੂੰ ਸਵੀਕਾਰ ਕਰੋ ਔਰ ਸਗੋਂ ਪ੍ਰੋਤਸਾਹਿਤ ਕਰੋ। ਤੋ ਇਸ ਕਰਕੇ ਚਾਹੇ ਸੰਸਾਰ ਦਾ ਭਵਿੱਖ ਹੈ ਚਾਹੇ ਭਾਰਤੀ ਉਪਮਹਾਂਦੀਪ ਦਾ ਭਵਿੱਖ ਹੈ, ਤਾਂ ਅਸਲ ਦੇ ਵਿੱਚ ਤਾਂ ਹੀ ਉਹ ਮਤਲਬ ਉੱਜਲ ਹੋ ਸਕਦਾ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਨੇ ਉਹ ਸਿਰਫ ਸਿੱਖਾਂ ਦੇ ਸਿਧਾਂਤ ਨਹੀਂ ਹੈ, ਉਹ ਸਾਰੀ ਮਾਨਵਤਾ ਦੇ ਕਲਿਆਣ ਦੇ ਸਿਧਾਂਤ ਨੇ, ਉਹ ਯੂਨੀਵਰਸਲ ਫਲਸਫਾ ਹੈਗਾ। ਤਾਂ ਉਹਦੇ ਤੋਂ ਅਗਰ ਅਸੀਂ ਸੇਧ ਲੈ ਕੇ ਆਪਣੀ ਨੀਤੀ ਬਣਾਵਾਂਗੇ
तो वो सारा भला हो सकता क्योंकि है ही गुरु ग्रंथ साहब जोड़ा है दो थम्मां ते खड़ा है जरा फलसफा तो उन्होंने आप कहने अंग्रेजी यूनीवर्सल कंसर्न तो यूनीवर्सल वैलफेयर सारिया की चिंता तो सरबत का भला तो इस करके सानू मतलब जोड़ा भी सानू सवाल है भी कि स्टैंड लेना चाहिए तो वह सानू गुरु ग्रंथ साहब के फलसफा वो बारे की सानू सेध दे रहा है तो जे असी उत्ते चलेंगे तो सरबत का भला ही होएगा वो सारे का भला होएगा क्योंकि फलसफा ही वो सरबत के भले के लिए बने बिल्कुल जी बिल्कुल सो बहुत बहुत धन्यवाद सर थोड़ा तो गल जी मुकदी है इतने भी जिन्या भी समस्यावान का हल एक तो एक ही है वह गुरु ग्रंथ साहब की जी फिलासफी है जदों तक असी इस फिलासफी अपना नहीं ज चलते नहीं है तो यह समस्यावान इदा ही खड़िया रहन जो इस समस्या फिलासफी तो आप चलते हैं तो सारे जिमें कहें भी सरबत का भला गुरु ग्रंथ साहब की फिलासफी जी कहती है तो सरबत का भला तो ही होना जे उन्होंने आप मनांगे सिर्फ पढ़न करके नहीं उन्होंने इंप्लीमेंट भी करा अपनावे सो जिहड़े साडा भारतीय उपमहाद्वीप है जां वे संसार है जो जिवें संसार पद्धर ते हुण फिलासफी नूं सिखां दी फिलासफी जां कल सिखां दी फिलासफी ते श्री गुरु ग्रंथ साहिब दी फिलासफी होई है जो उहनूं अपना रहा है तां सानूं भी चाहीदा वी इक 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 ना करके इक दे लड़ लगीए से ना कि असी एक कर्म के वल लगे तो कुदरत दे नाल जिहड़ा असी टकरा ना लईए जिवें डॉक्टर साहब ने कहा भी जिहड़ा कुदरत नाल टकरा लैंदा है उहदा फिर नाश जिहड़ा है वह तो फिर पक्का ही है सो इस करके इस सरबत का भला सारिआं नूं मनना चाहिए तो फिलासफी गुरु ग्रंथ साहब जी आपां फॉलो करना चाहिए तुहानूं किवें दी लगी है वीडियो तो अपनी भी राय जरूर इन्हां जिहड़े असी सबजैक्ट ले सी उहनां दी जरूर रखनी तो अपने कमेंट करने कमेंट करके दसना तो इस वीडियो वध तो वध शेयर करना हुई भुलां चुकां दी कि वाहिगुरू जी का खालसा वाहिगुरू जी की फतेह।